ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀਆਂ ਫੋਟੋਆਂ ਲੱਗੇ ਹੋਰਡਿੰਗਸ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ। ਇਨ੍ਹਾਂ ਹੋਰਡਿੰਗਸ 'ਤੇ ਲਿਖਿਆ ਹੈ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਵਾਲੇ ਅਸਲੀ ਹੀਰੋ, ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਇਸ ਦਾ ਸਿਰਾ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ਜਾਂਦਾ ਹੈ ਕਿਉਂਕਿ ਅਸੀਂ ਅਕ੍ਰਿਤਗਨ ਨਹੀਂ ਹਾਂ। ਇਹ ਹੋਰਡਿੰਗਸ ਮਾਸਟਰ ਹਰਪਾਲ ਸਿੰਘ ਵੇਰਕਾ ਵੱਲੋਂ ਲਗਵਾਏ ਗਏ ਹਨ, ਜਿਸ ਦੀ ਫੋਟੋ ਵੀ ਨਾਲ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਜਿਸ ਨਵਜੋਤ ਸਿੱਧੂ ਨੂੰ ਪਹਿਲਾਂ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨਾਲ ਜੱਫੀ ਪਾਉਣ ਕਰਕੇ ਗੱਦਾਰ ਕਿਹਾ ਜਾ ਰਿਹਾ ਸੀ, ਹੁਣ ਉਸੇ ਸਿੱਧੂ ਨੂੰ ਕ੍ਰੈਡਿਟ ਦੇਣ ਲਈ ਲਗਾਏ ਇਨ੍ਹਾਂ ਹੋਰਡਿੰਗਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਸਲਾ ਕਿਹੜੇ ਪਾਸੇ ਨੂੰ ਲਿਜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਸੁਰੱਖਿਆ ਏਜੰਸੀਆਂ ਇਨ੍ਹਾਂ ਹੋਰਡਿੰਗਸ ਦੀ ਜਾਂਚ ਕਰ ਰਹੀਆਂ ਹਨ, ਅਜਿਹੀਆਂ ਖਬਰਾਂ ਵੀ ਸੂਤਰਾਂ ਕੋਲੋਂ ਮਿਲ ਰਹੀਆਂ ਹਨ। ਇਸ ਮਸਲੇ 'ਤੇ ਸਿਆਸਤ ਕਿਹੜਾ ਰੰਗ ਅਖਤਿਆਰ ਕਰੇਗੀ, ਇਹ ਵੀ ਦੇਖਣਾ ਦਿਲਚਸਪ ਰਹੇਗਾ। ਪਰ ਫਿਲਹਾਲ ਖਬਰਾਂ ਆ ਰਹੀਆਂ ਹਨ ਕਿ ਨਗਰ ਨਿਗਮ ਵੱਲੋਂ ਇਨ੍ਹਾਂ ਹੋਰਡਿੰਗਸ ਨੂੰ ਉਤਰਵਾ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।